ਸ਼ਾਹ ਕੋਟ ਉਪ ਚੋਣਾਂ ਤੋਂ ਪਹਿਲਾਂ ਮੀਡੀਆ ਦੀਆਂ ਖੂਬ ਸੁਰਖੀਆਂ ਬਟੋਰਨ ਵਾਲੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਉਰਫ ਲਾਡੀ ਸ਼ੇਰੋਵਾਲੀਆ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਨੇ। ਦਰਅਸਲ ਉਹਨਾਂ ਦੇ ਖਿਲਾਫ ਕੱਲ ਹਾਈਕੋਰਟ 'ਚ ਇੱਕ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸ ਵਿੱਚ ਚੋਣਾਂ ਦੇ ਸਮੇਂ ਨਾਮਕਰਨ ਭਰਨ ਸਮੇਂ ਦਿੱਤਾ ਗਿਆ ਬਿਊਰਾ ਪੂਰਾ ਗਲਤ ਕਿਹਾ ਗਿਆ। ਇਹ ਪਟੀਸ਼ਨ ਸ਼ਾਹਕੋਟ ਹਲਕੇ ਤੋਂ ਉਪ ਚੋਣ ਲੜ ਚੁੱਕੀ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਉਮੀਦਵਾਰ ਪ੍ਰਭਜੋਤ ਗਾਰਾ ਨੇ ਦਰਜ ਕੀਤੀ ਹੈ। ਮੰਗ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰਦੇਵ ਸਿੰਘ ਲਾਡੀ ਵੱਲੋਂ ਸ਼ਾਹਕੋਟ ਦੇ 2017 'ਚ ਹੋਈਆਂ ਚੋਣਾਂ ਸਮੇਂ ਵੀ ਇਲੈਕਸ਼ਨ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ। ਪ੍ਰਭਜੋਤ ਗਾਰਾ ਦੇ ਵਕੀਲ ਪਰਮਿੰਦਰ ਸਿੰਘ ਵਿੱਜ ਨੇ ਦੱਸਿਆ ਕਿ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਇਲੈਕਸ਼ਨ ਕਮਿਸ਼ਨ ਨੂੰ 2018 'ਚ ਹੋਈਆਂ ਸ਼ਾਹਕੋਟ ਉਪ ਚੋਣਾਂ 'ਚ ਜੋ ਜਾਣਕਾਰੀ ਦਿੱਤੀ ਸੀ ਉਸ 'ਚ ਬਹੁਤ ਜਾਣਕਾਰੀ ਨੂੰ ਛੁਪਾਇਆ ਗਿਆ ਤੇ ਐਵੇਂ ਹੀ 2017 'ਚ ਹੋਈਆਂ ਸ਼ਾਹਕੋਟ ਚੋਣਾਂ 'ਚ ਵੀ ਇਲੈਕਸ਼ਨ ਕਮਿਸ਼ਨ ਤੋਂ ਵਧੇਰੇ ਜਾਣਕਾਰੀ ਛੁਪਾਈ ਗਈ ਸੀ। ਇਸ ਦੇ ਖਿਲਾਫ਼ ਪਰਮਿੰਦਰ ਸਿੰਘ ਵਿੱਜ ਵੱਲੋਂ ਹਾਈਕੋਰਟ 'ਚ ਪਟੀਸ਼ਨ ਵੀ ਪਾਈ ਗਈ ਹੈ, ਜਿਸ ਦੀ ਸੁਣਵਾਈ 1 ਅਗਸਤ ਨੂੰ। ਚਾਹੇ ਉਹ ਐਕਸਪੈਂਡੀਚਰ ਸਟੇਟਮੈਂਟਸ ਹੈ ਇਹਨਾਂ ਦੀਆਂ ਜਿਹੜੀ ਕੀਤੀਆਂ ਉਹ ਵੀ ਕੋਈ ਬਹੁਤੀਆਂ ਵਧੀਆ ਨਹੀਂ ਸੀਗੀਆਂ, ਗਲਤ ਨੇ। ਈਵਨ ਇਹਨਾਂ ਦੇ ਜਿਹੜੇ ਵੋਚਰ ਹੈਗੇ ਆ, ਵੋਚਰ ਸੀਗੇ ਇਹਨਾਂ ਦੇ ਲਾਸਟ ਟਾਈਮ ਜਿਹੜੇ ਐਕਸਪੈਂਡੀਚਰ ਸਟੇਟਮੈਂਟ ਦੇ ਨਾਲ, ਉਹਦੇ ਵਿੱਚ ਇੰਨੀ ਕੁ ਜ਼ਿਆਦਾ ਡਿਸਕ੍ਰੀਪੈਂਸੀਜ਼ ਹੈ। ਇਹ ਖਰਚੇ ਜਿਹੜੇ ਪਾਏ ਗਏ, ਬੋਗਸ ਖਰਚੇ ਪਾਏ ਗਏ ਸਾਰੇ, ਕਿਸੇ ਬੰਦੇ ਦੇ ਸਾਈਨ ਨਹੀਂ ਹੈਗੇ ਉੱਤੇ ਰਿਸੀਵਰ ਦੇ, ਨਾ ਕਿਸੇ ਦਾ ਨਾਮ ਮੈਂਸ਼ਨ ਕੀਤਾ ਗਿਆ ਕਿ ਕਿਹਨੂੰ ਖਰਚ ਜਿਹੜਾ ਹੈਗਾ ਉਹਦਾ ਪੇਮੈਂਟ ਕੀਤੀ ਗਈ ਹੈ। ਪ੍ਰਭਜੋਤ ਗਾਰਾ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਜੇਕਰ ਪਟੀਸ਼ਨ ਵਾਪਸ ਨਹੀਂ ਲਵੇਗੀ ਤਾਂ ਇਸਦਾ ਅੰਜਾਮ ਬਹੁਤ ਭੈੜਾ ਹੋ ਸਕਦਾ। ਮਤਲਬ ਇਸ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕਾਫੀ ਕੁਛ ਦੇਖਿਆ ਕਿ ਕਿਸ ਤਰ੍ਹਾਂ ਬਾਏ ਇਲੈਕਸ਼ਨ ਦੇ ਵਿੱਚ ਹਰਦੇਵ ਸਿੰਘ ਲਾਡੀ ਵੱਲੋਂ ਧੱਕਾ ਜਿਹੜਾ ਕੀਤਾ ਗਿਆ ਹੈ ਕੈਂਡੀਡੇਟਸ ਦੇ ਨਾਲ ਵੀ ਔਰ ਵੋਟਰਸ ਦੇ ਨਾਲ ਵੀ, ਔਰ ਜਿੰਨਾ ਧੱਕਾ ਮਤਲਬ ਇਸ ਇਲੈਕਸ਼ਨ ਦੇ ਵਿੱਚ ਹੋਇਆ ਆ ਅੱਜ ਤੱਕ ਸ਼ਾਇਦ ਨਹੀਂ ਹੋਇਆ ਇਸ ਤਰ੍ਹਾਂ। ਔਰ ਮੈਨੂੰ ਜਿਹੜੀ ਆਸ ਉਮੀਦ ਜਿਹੜੀ ਹੈਗੀ ਹਾਈਕੋਰਟ ਤੋਂ, ਮਾਨਯੋਗ ਅਦਾਲਤ ਤੋਂ, ਕਿ ਮੈਂ ਜਿਹੜਾ ਕੇਸ ਹੈਗਾ ਜ਼ਰੂਰ ਇਸ ਚੀਜ਼ ਨੂੰ ਵਿਨ ਕਰੂੰਗੀ। ਦੱਸ ਦਈਏ ਕਿ ਲਾਡੀ ਸ਼ੇਰੋਵਾਲੀਆ ਖਿਲਾਫ਼ ਦਰਜ ਹੋਈ ਪਟੀਸ਼ਨ ਦੀ ਅਗਲੀ ਸੁਣਵਾਈ 1 ਅਗਸਤ ਨੂੰ ਹੋਣ ਜਾ ਰਹੀ ਹੈ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਪਟੀਸ਼ਨ ਤੇ ਅਦਾਲਤ ਕੀ ਕਾਰਵਾਈ ਕਰਦੀ ਹੈ। ਸ਼ਾਹਕੋਟ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।